ਤੁਸੀਂ ਦੇਖ ਰਹੇ ਹੋ ਸਾਂਝ ਟੀਵੀ ਨਿਊਜ਼ ਪੋਰਟਲ। ਬਲਾਚੌਰ ਦੇ ਪਿੰਡ ਫਤਿਹਗੜ੍ਹ ਉਰਫ ਸੁੱਧਾ ਮਾਤਰਾ ਵਿੱਚ ਸਥਿਤ ਇੱਕ ਫੈਕਟਰੀ ਨਜ਼ਦੀਕ ਰਹਿੰਦੇ ਕਿਸਾਨ ਦੀ ਪਤਨੀ ਦਾ ਉਸਦੇ ਘਰ ਦੇ ਅੰਦਰ ਹੀ ਭੇਦ ਭਰੇ ਹਾਲਾਤਾਂ ਵਿੱਚ ਕਤਲ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਅਨੁਸਾਰ ਨਰਿੰਦਰ ਕੌਰ ਆਪਣੇ ਘਰ ਵਿੱਚ ਹੀ ਮੌਜੂਦ ਸੀ ਅਤੇ ਉਸਦਾ ਪਤੀ ਕਿਸੇ ਕੰਮ ਕਰਕੇ ਘਰ ਤੋਂ ਬਾਹਰ ਗਿਆ ਹੋਇਆ ਸੀ। ਪਿੰਡ ਦੇ ਮਹੱਤਵਰ ਬੰਦਿਆਂ ਨੇ ਤੁਰੰਤ ਕਾਠਗੜ੍ਹ ਪੁਲਿਸ ਨੂੰ ਇਸ ਸੰਬੰਧੀ ਜਾਣਕਾਰੀ ਦਿੱਤੀ। ਸੂਚਨਾ ਮਿਲਦੇ ਹੀ ਡੀਐਸਪੀ ਜਤਿੰਦਰਜੀਤ ਸਿੰਘ, ਥਾਣਾ ਮੁਖੀ ਕਾਠਗੜ੍ਹ, ਸਬ ਇੰਸਪੈਕਟਰ ਪਰਮਿੰਦਰ ਸਿੰਘ ਆਪਣੀ ਟੀਮ ਸਮੇਤ ਮੌਕੇ ਤੇ ਪੁੱਜੇ। ਜਾਂਚ ਦੌਰਾਨ ਵਾਰਦਾਤ ਵਾਲੀ ਜਗ੍ਹਾ ਤੋਂ ਪੁਲਿਸ ਨੂੰ ਇੱਕ ਲੋਹੇ ਦੀ ਪੱਤੀ ਮਿਲੀ ਹੈ ਤੇ ਅਨੁਮਾਨ ਲਗਾਇਆ ਜਾ ਰਿਹਾ ਕਿ ਇਸ ਪੱਤੀ ਨਾਲ ਹੀ ਇਸ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਫਿਲਹਾਲ ਪੁਲਿਸ ਵੱਲੋਂ ਲਾਸ਼ ਆਪਣੇ ਕਬਜ਼ੇ ਵਿੱਚ ਲੈ ਕੇ ਸਿਵਲ ਹਸਪਤਾਲ ਪੋਸਟਮਾਰਟਮ ਲਈ ਭੇਜ ਦਿੱਤੀ ਗਈ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਔਰਤ ਦੀ ਡੈਥ ਹੋਈ, ਤੁਹਾਡੇ ਕੀ ਲੱਗਦੇ ਆ ਇਹ? ਜੀ ਮੇਰੇ ਜੀ, ਹਾਂਜੀ ਮੇਰੇ ਘਰ ਵਾਲੇ ਜੀ। ਤੇ ਤੁਸੀਂ ਕਿੱਥੇ ਗਏ ਹੋਏ ਸੀਗੇ ਜੀ? ਕੰਮ ਤੇ ਗਏ ਸੀ ਦਿਹਾੜੀ। ਤੇ ਇਹ ਤੁਹਾਨੂੰ ਕੋਈ ਕਿਵੇਂ ਪਤਾ ਲੱਗਿਆ ਵੀ ਇਹਨਾਂ ਦੀ ਮੌਤ ਹੋ ਗਈ ਹੈ? ਜਾਂ ਮੈਨੂੰ ਫੋਨ ਗਿਆ ਸੀ ਛੋਟੇ ਭਾਈ ਦਾ। ਛੋਟੇ ਭਾਈ, ਤੁਹਾਨੂੰ ਕਿਸੇ ਤੇ ਸ਼ੱਕ ਜਾਂ ਕੋਈ ਕਿਸੇ? ਕੋਈ ਸ਼ੱਕ ਨਹੀਂ ਜੀ, ਸਾਨੂੰ ਕਿਸੇ ਤੇ ਨਹੀਂ, ਕੋਲੇ ਵਾਲੇ ਦੋਲੇ ਆਪਣੇ ਘਰ ਆ। ਤੁਹਾਡੇ ਘਰ ਚ ਹੋਰ ਕੌਣ ਕੌਣ ਹੁੰਦਾ ਜੀ? ਤਿੰਨੇ ਹੀ ਆ, ਮੈਂ ਇੱਥੇ ਇੱਕ ਮੁੰਡਾ ਜੀ ਮੇਰਾ। ਤੇ ਮੁੰਡਾ ਕੀ ਕਰਦਾ ਤੁਹਾਡਾ? ਮੁੰਡਾ ਪੜਦਾ ਹਲੇ 15 ਸਾਲਾਂ ਦਾ ਮੁੰਡਾ ਹੈ। ਇਹ ਜਿਹੜੀ ਮੌਤ ਹੋਈ ਹੈ ਤੁਹਾਡੇ ਕੀ ਲੱਗਦੇ ਆ ਦੱਸੋ? ਸਿਸਟਰ ਆ ਮੇਰੀ। ਸਿਸਟਰ ਕਿਹੜੀ, ਕਿਹੜੇ ਪਿੰਡੋਂ ਆ ਜੀ ਇਹ? ਅਸੀਂ ਰੋਪੜ ਦੇ ਆ। अच्छा, ਤੁਸੀਂ ਹੋਰ ਰੋਪੜ ਤੋਂ ਆਏ ਹੋ? ਨਹੀਂ, ਮੈਂ ਤਾਂ ਇੱਥੇ ਰਹਿੰਦੀ, ਮੇਰਾ ਵੀ ਇੱਥੇ ਇਸੇ ਪਿੰਡ ਚੋਂ ਮੈਂ ਲਿਆਈ ਦੀ ਆ, ਮੈਂ ਹੀ ਲਿਆਈ, ਮੈਂ ਬੜੀ ਇਹ ਤੋਂ। ਤੁਹਾਨੂੰ ਕਿਸੇ ਤੇ ਸ਼ੱਕ ਹੋਵੇ ਜਾਂ ਕੋਈ ਪਤਾ ਕੋਈ? ਮੈਂ ਤਾਂ ਦੂਰ ਰਹਿੰਦੀ, ਮੈਨੂੰ ਕਿਸੇ ਇਹਦੇ ਕਿਸੇ ਨਾਲ ਲੜਦੀ ਬੋਲਦੀ ਨਹੀਂ। ਤੇ ਇੱਥੇ ਘਰ 'ਚ ਕੌਣ ਕੌਣ ਹੁੰਦਾ ਜੀ ਇਹਨਾਂ ਦੇ? ਇਹ ਸੀਗਾ, ਇਹ ਦਿਹਾੜੀ ਖਾਨ ਗਿਆ ਹੋਇਆ ਸੀਗਾ ਮੁੰਡਾ, ਅੰਦਰ ਟੈਲੀਵਿਜ਼ਨ ਦੇ ਉਹਨੂੰ ਭੁੱਖ ਲੱਗੀ, ਉਹਨਾਂ ਆ ਕੇ ਦੇਖੀ ਮਾਰ ਮਰੀ ਹੋਈ। ਇਹ ਸਾਨੂੰ ਕੋਈ 3:30 ਪਤਾ ਲੱਗਿਆ ਸੀ, ਬਲਾਈਂਡ ਮਰਡਰ ਹੈ। ਨਰਿੰਦਰ ਕੌਰ ਨਾਂ ਦੀ ਲੇਡੀ ਹੈ, ਇਹ ਇਕੱਲੀ ਘਰ ਸੀ, ਕੱਪੜੇ ਧੋਂਦੀ ਸੀ, ਔਰ ਇਹਦਾ ਬੇਟਾ ਜਿਹੜਾ 15 ਸਾਲ ਦਾ ਗੁੰਗਾ ਹੈ, ਬੋਲ ਨਹੀਂ ਸਕਦਾ, ਇਸ਼ਾਰਿਆਂ ਨਾਲ ਹੀ ਦੱਸ ਸਕਦਾ ਵੀ ਕੀ ਹੈ ਕੀ ਨਹੀਂ। ਔਰ ਉਹ ਅੰਦਰ ਕਿਤੇ ਟੀ ਵੀ ਦੇਖ ਰਿਹਾ ਸੀ। ਅੱਜ ਸਵੇਰੇ ਇਹਦਾ ਜਿਹੜਾ ਹਸਬੈਂਡ ਹੈ ਉਹ ਦਿਹਾੜੀਦਾਰ ਕੰਮ ਆਇਆ, ਉਹ 8 ਵਜੇ ਆਪਣੇ ਕੰਮ 'ਤੇ ਕਣਕ ਵੱਢਣ ਵਾਸਤੇ, ਕਣਕ ਦੀ ਕਢਾਈ ਵਾਸਤੇ ਚਲਾ ਗਿਆ। ਪਿੱਛੋਂ ਕੋਈ ਅਨਨੋਨ ਬੰਦਾ ਆਣ ਕੇ ਇਹਨੂੰ ਪੈ ਗਿਆ ਅਤੇ ਪੱਤੀ ਲਾਗੇ ਮਿਲੀ ਆ ਡੈੱਡ ਬੋਡੀ 'ਚੋਂ, ਉਹ ਪੱਤੀ ਦੇ ਨਾਲ ਹੀ ਉਹਦਾ ਗਲ ਦੱਬ ਕੇ ਉਹਨੇ ਮਤਲਬ ਇਹਦਾ ਲੇਡੀ ਦਾ ਮਰਡਰ ਕਰ ਦਿੱਤਾ। ਹੁਣ ਅੱਗੇ ਕੀ ਕਾਰਵਾਈ ਕਰ ਰਹੇ ਜੀ? ਹੁਣ ਇਹਦੇ ਫਿਲਹਾਲ ਬਲਾਈਂਡ ਬੰਦੇ ਅਤੇ ਅਨਨੋਨ ਬੰਦੇ 'ਤੇ 302 'ਚ FIR ਦਰਜ ਕਰ ਰਹੇ ਹਾਂ, ਔਰ ਉਹਦੀ ਤਫਤੀਸ਼ ਕਰਕੇ ਅਤੇ ਦੇਖਾਂਗੇ ਕੌਣ ਹੈ ਮਤਲਬ। ਕੋਈ ਸ਼ੱਕ ਇਹਨਾਂ ਨੂੰ ਜਿਹੜੇ ਜਿਹਨਾਂ ਦੀ ਡੈਥ ਹੋਈ ਆ ਉਹਨਾਂ ਨੂੰ ਕੋਈ ਕਿਸੇ ਨੇ ਕੋਈ ਸ਼ਕਸ਼ੁਬਾ ਜ਼ਾਹਰ ਨਹੀਂ ਕੀਤਾ, ਪਰ ਸਾਨੂੰ ਤਾਂ ਸਾਰਿਆਂ 'ਤੇ ਸ਼ੱਕ ਜਿਹੜੇ ਬੰਦੇ ਲਾਗੇ ਰਹਿ ਰਹੇ ਆ ਤੁਰੇ ਫਿਰਦੇ। ਬਲਾਚੌਰ ਤੋਂ ਜਤਿੰਦਰਪਾਲ ਸਿੰਘ, ਕਲੇਰ ਦੀ ਰਿਪੋਰਟ। ਤੁਸੀਂ ਦੇਖ ਰਹੇ ਹੋ ਸਾਂਝ ਟੀਵੀ ਨਿਊਜ਼ ਪੋਰਟਲ।